जी बताए। और पानी की इतनी प्रॉब्लम ना, 20 साल हो गए मेरे ब्याह होए ने, इत्थे इत्थे बड़े बड़े प्रेजेंट आए ने, कोई नहीं मसला हल करता। एक इस मित्रा है बेचारी, हाँ के अपनी बोरिया बलादरी दी हेल्प करती है, और कोई भी नहीं करी सकता इत्थे। जेड़े आंदे ने पन्ना पुन्ना ए गोपाल गोपूल, सारे बेकार बंदे ने, सानू फायदा की है? सानू आंदे ने दाड़े उल्टे दाड़े मार दिंदे ने, आखा तुसी है की है सवेरे नठ जांदे हो, ते असीं दिहाड़ी मजदूरी करके खांगे नहीं ते कुत्थों खावांगे। असीं जाणदे आं उहदे कन्ने भी, लेकिन टाइम टेबल दा होना चाहिदा सानू, असीं भी इन्नी कीमती टाइम भन्नीए उहदे कन्ने जाइए, साडा मसला तां वी नहीं हल हुंदा। इह रोण पिटण 12 महीना इस तरह ही पिया रहिंदा इत्थे। ਸਿਆਪਾ ਸਾਡੇ ਬੱਚਿਆਂ ਦੀ ਪੜ੍ਹਾਈਆਂ, ਏਡੇ ਏਡੇ ਬੱਚੇ ਅਸੀਂ ਸਕੂਲਾਂ ਦੇ ਛਟਾਈ ਛਡਾਈਏ ਨੇ, ਅਤੇ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਪਾਣੀ ਭਰਨ ਵਾਸਤੇ ਲੈ ਜਾਂਦੇ ਹਾਂ, ਕਿਉਂਕਿ ਕਦੇ 10 ਦਿਨ 5 ਦਿਨ 6 ਦਿਨ 3 ਦਿਨ ਬਾਅਦ ਇੱਥੇ ਪਾਣੀ ਦਾ ਕੋਈ ਟਾਈਮ ਟੇਬਲ ਨਹੀਂ ਹੈ। ਹਰ ਦੁਨੀਆ ਵਿੱਚ ਟਾਈਮ ਟੇਬਲ ਹੈ, 2 ਟਾਈਮ ਆਉਂਦਾ ਸ਼ਾਮੀ ਸਵੇਰੇ, ਇੱਥੇ 1 ਟਾਈਮ ਨਹੀਂ ਦਿੰਦੇ, 2 ਟਾਈਮ ਕਿੱਥੇ ਹੈ? ਪਾਣੀ ਗੰਦਾ, ਕਹਿੰਦੇ ਉੱਥੇ ਟੂਵਲ ਨਹੀਂ ਹੈ, ਮੁਸ਼ਕਲ ਆ ਪਾਣੀ ਆ, ਜੇ ਜਾਈਏ ਉੱਥੇ ਮੇਰੇ ਉੱਥੇ ਆਪਣੇ ਟੂਵਲ ਵਾਲ ਕਹਿੰਦੇ ਆ, ਕਹਿੰਦੇ ਤੁਹਾਡਾ ਟੂਵਲ ਨਹੀਂ ਹੈ। ਇਹ ਕੀ ਹੋਇਆ, ਸਾਡੀ ਜਨਤਾ ਦਾ ਟੂਵਲ ਨਹੀਂ ਹੈ? ਕਹਿੰਦੇ ਉੱਪਰ ਬਾਵੇ ਦਾ ਟੂਵਲ ਹੈ, ਉੱਧਰ ਦਾ ਟੂਵਲ ਹੈ, ਤੁਹਾਡਾ ਟੂਵਲ ਨਹੀਂ ਹੈ ਕਾਸਮ ਨਗਰ ਦਾ। ਇਹ ਕੋਈ ਗੜੀ ਗੱਲ ਹੈ ਨਹੀਂ ਹੈ, ਤੇ ਬਣਾਓ ਕਨੈਕਸ਼ਨ, ਦਿਓ ਜੋ ਜੋ ਵੀ ਹੈ, ਆਪੇ ਪੂਰਾ ਮਹੱਲਾ ਆਪੇ ਸਾਰੇ ਭੁਗਤਾਨ ਕਰਦਾ, ਜਿਸ ਤਰ੍ਹਾਂ ਵੀ ਹੈ ਕੋਈ ਮਸਲਾ ਹੱਲ ਤੇ ਕਰੋ, ਹੈ ਕਿ ਇਸ ਤਰ੍ਹਾਂ ਹੀ ਰੋਂਦੇ ਰਹਿਣਗੇ, ਪਿੱਛੇ ਵੀ ਰੋਂਦੇ ਰਹੇ, ਇਹ ਵੀ ਰੋਂਦੇ ਰਹਾਂਗੇ। ਤੁਸੀਂ ਗਏ ਕਦੇ ਪੀਐਚਈ ਆਫਿਸ? ਗਏ ਜਾਂਦੇ ਨੇ, ਸੁਮਿਤਰਾ ਮਾਸੀ ਵਿਚਾਰੀ ਲੈ ਕੇ ਜਾਂਦੀ ਸਾਨੂੰ, ਕਿੰਨੀ ਹੈਲਪ ਕਰਦੀ ਉਹ ਸਾਡੀ, ਉਹ ਵਿਚਾਰੀ ਇੱਕ ਸਾਡੀ ਬੋਰਾਨੀ ਦੀ ਲੀਡਰਾਣੀ ਹੈ, ਉਵੇਂ ਕਰਦੀ, ਔਰ ਕੋਈ ਵੀ ਨਹੀਂ ਆਉਂਦਾ ਸਾਡੇ ਮਹੱਲੇ ਵਿੱਚ, ਕਿਸੇ ਦਾ ਸੁਣਦਾ ਹੀ ਨਹੀਂ ਹੈ। ਜਦੋਂ ਵੋਟ ਲੈਣਾ ਹੁੰਦਾ, ਵੋਟ ਲੈਣਾ ਸਾਰੇ ਕਹਿੰਦੇ ਸਾਨੂੰ ਦਿਓ, ਸਾਨੂੰ ਦਿਓ, ਸਾਨੂੰ ਦਿਓ, ਸਾਨੂੰ ਦਿਓ, ਸਾਨੂੰ। ਕੋਈ ਆਦਾ ਫੁੱਲ ਵਾਲਾ ਜਿੱਤ ਗਿਆ, ਕੋਈ ਆਹ ਹਾਲ ਵਾਲਾ ਜਿੱਤ ਗਿਆ, ਕੋਈ ਆਦਾ ਪੰਜੇ ਵਾਲਾ ਜਿੱਤ ਗਿਆ, ਕਿਸ ਕਿਸ ਨੂੰ ਦਈਏ ਤੇ ਕਿਸ ਨੂੰ ਨਾ ਦਈਏ, ਸਾਰੇ ਆਉਂਦੇ ਨੇ। ਮੇਰੀ ਬਾਈ ਦੀ ਕਮਰ ਵਿਚਾਰੀ ਦੀ ਟੁੱਟੀ ਦੀ ਹੈ, ਉਹ ਮੇਰੀ ਸੱਸ ਮਾਂ ਦੀ, ਅਸੀਂ ਕੰਮ ਤੇ ਟੁਰੀ ਜਾਂਦੇ ਤਾਂ ਵੀ ਬੇੜੀ ਬਿਪਤੇ ਕਰਨੇ ਵਿਚਾਰੀ ਪਾਣੀ ਭਰਦੀ ਹੈ, ਕਿਸੇ ਟਿੱਕੇ ਸਿੱਟੀਏ, ਇਹ ਪਾਣੀ ਦਾ ਹਾਲ ਹੈ। ਟਾਈਮ ਟੇਬਲ ਦਾ ਪਾਣੀ ਆਏ, ਅਸੀਂ ਆਪੇ ਭਰ ਜਾਈਏ, ਕੀ ਕਰੀਏ, ਗਰੀਬ ਬੰਦੇ ਆ, ਦਿਹਾੜੀ ਨਹੀਂ ਕਰਕੇ ਖਾਵਾਂਗੇ, ਕਿੱਥੋਂ ਖਾਵਾਂਗੇ? ਕੋਈ ਤਨਖਾਹ ਵਾਲਾ ਤੇ ਨੌਕਰੀ ਕੋਈ ਵੀ ਨਹੀਂ ਹੈ, ਨੌਕਰੀ ਵਾਲਾ ਕੋਈ ਨਹੀਂ ਹੈ, ਜੇ ਪੂਰਾ ਮਹੱਲਾ ਨੌਕਰੀ ਵਾਲਾ, ਕੋਈ ਇੱਕ ਵੀ ਮੁਲਾਜ਼ਮ ਬੰਦਾ ਦੱਸ ਦੇ ਵੀ ਇਹ ਮੁਲਾਜ਼ਮ ਹੈ।